ਇੰਸਟਾਗ੍ਰਾਮ ਦੇ ਉੱਤੇ ਆਪਣੇ ਐਟ ਅ ਟਾਈਮ 146 ਹਜ਼ਾਰ ਫੋਲੋਅਰ ਨੇ, 146,000, ਅਤੇ ਇਹ ਮੈਨੂੰ ਲੱਗਦਾ ਆਪਣੇ 72 ਪਤਾ ਨਹੀਂ 73 ਡੇਜ਼ ਹੋਏ ਨੇ ਆਪਾਂ ਨੂੰ ਸਟਾਰਟ ਕੀਤੇ ਨੂੰ, ਤਾਂ 72 ਦਿਨਾਂ 'ਚ 146 ਹਜ਼ਾਰ ਫੋਲੋਅਰ ਨੇ, ਕਾਫੀ ਚੰਗੀ ਗਰੋਥ ਆ। ਕਦੇ ਸੋਚਿਆ ਨਹੀਂ ਸੀਗਾ ਇੰਨਾ ਹੋਊਗਾ, ਬਟ ਇੱਕ ਉਹ ਨਾ ਮੈਂ ਕਿਤੇ ਪੜ੍ਹਿਆ ਸੀਗਾ ਵੀ 90 ਦਿਨ ਲਗਾਤਾਰ ਪੋਸਟ ਕਰਕੇ ਦੇਖੋ, 90 ਡੇਜ਼ ਕਰਕੇ ਦੇਖੋ, ਠੀਕ ਹੈ ਨਾ, ਗਰੋਥ ਹੋਊਗੀ, ਪੱਕਾ ਹੋਊਗੀ। ਮੇਰਾ ਇਸ ਸਾਲ ਦਾ ਟਾਰਗੇਟ ਸੀਗਾ ਵੀ ਇਸ ਸਾਲ ਦੇ ਵਿੱਚ ਜੇ 10,000 ਵੀ ਹੋ ਗਏ ਨਾ ਤਾਂ ਬਹੁਤ ਜ਼ਿਆਦਾ ਨੇ, ਠੀਕ ਆ, ਤਾਂ 10,000 ਤੋਂ ਉੱਤੇ ਆਪਾਂ ਕਿੱਥੇ ਤੱਕ ਆ ਗਏ। ਤਾਂ ਇਹ ਵੀਡੀਓ 'ਚ ਆਪਾਂ ਡਿਸਕਸ ਕਰਾਂਗੇ ਵੀ ਮੈਂ ਵੀਡੀਓਜ਼ ਕਿਵੇਂ ਬਣਾਉਂਦਾ, ਕਿਵੇਂ ਨਹੀਂ, ਠੀਕ ਆ, ਤਾਂ ਇੰਸਟਾਗ੍ਰਾਮ 'ਤੇ ਵੀਡੀਓਜ਼ ਕਿਵੇਂ ਬਣਦੀਆਂ ਨੇ, ਕਿੰਨੀ ਕੁ ਮਿਹਨਤ ਲੱਗਦੀ ਉਹਨਾਂ ਨੂੰ ਬਣਾਉਣ 'ਚ, ਅਤੇ ਮੇਰੀ ਕੀ ਮੈਂਟੈਲਿਟੀ ਹੁੰਦੀ ਹੈ, ਮੈਂ ਕੀ ਸੋਚ ਕੇ ਵੀਡੀਓਜ਼ ਬਣਾਉਂਦਾ ਅਤੇ ਕਿਸ ਟੋਪਿਕ 'ਤੇ ਬਣਾਉਂਦਾ। ਤਾਂ ਹਾਲੇ ਆਪਾਂ ਨੂੰ ਮਤਲਬ ਵੀ ਹਾਲੇ ਮੈਂ 72 ਰੀਲਸ ਅਪਲੋਡ ਕੀਤੀਆਂ ਨੇ, ਅਤੇ ਹਾਲੇ ਵੀ 90 ਤੱਕ ਪਹੁੰਚਣ ਵਾਸਤੇ ਮਤਲਬ ਵੀ 18 ਹੋਰ ਬਾਕੀ ਨੇ, ਠੀਕ ਆ, ਤਾਂ ਹਾਲੇ ਵੀ ਆਪਾਂ 90 ਤੱਕ ਨਹੀਂ ਗਏ ਹੈਗੇ ਜਿਹੜਾ ਟਾਰਗੇਟ ਹੁੰਦਾ। ਅਤੇ ਇਹ 72 ਰੀਲਸ ਰੋਜ਼ ਇੱਕ ਪੋਸਟ ਕੀਤੀ ਆ, ਠੀਕ ਆ, ਇੱਕ ਵੀ ਦਿਨ ਦਾ ਗੈਪ ਨਹੀਂ ਹੈਗਾ। ਕੰਸਿਸਟੈਂਸੀ ਜੇ ਤੁਸੀਂ ਦਿਖਾਓਗੇ ਨਾ, ਜੇ ਤੁਸੀਂ ਕੋਈ ਵੀ ਕੰਮ 'ਚ ਕੰਸਿਸਟੈਂਟ ਰਹੋਗੇ, ਰਿਜ਼ਲਟ ਪੱਕਾ ਮਿਲਣਗੇ, ਹੋ ਹੀ ਨਹੀਂ ਸਕਦਾ ਹੈਗਾ ਵੀ ਰਿਜ਼ਲਟ ਨਾ ਮਿਲਦੇ ਹੋਣ। ਤਾਂ ਜੇ ਤੁਸੀਂ ਇੰਸਟਾਗ੍ਰਾਮ 'ਤੇ ਗਰੋ ਕਰਨਾ ਚਾਹੁੰਦੇ ਹੋ, ਹੋਰ ਕਰਨਾ ਚਾਹੁੰਦੇ ਹੋ, ਤਾਂ ਕੰਸਿਸਟੈਂਟ ਰਹੋ, ਠੀਕ ਆ ਨਾ। ਇਹ ਨਹੀਂ ਹੈਗਾ ਹਫ਼ਤੇ 'ਚ ਇੱਕ ਰੀਲ ਪਾਤੀ ਜਾਂ ਰੀਲ ਵੈਸੀ ਕੁਛ ਵੀ ਪਾ ਰਹੇ ਹੋ, ਹੋਰ ਕਰ ਰਹੇ ਹੋ, ਥੋੜ੍ਹਾ ਜਿਹਾ ਸੋਚ ਸਮਝ ਕੇ ਕੀ ਪਾਉਣਾ ਕੀ ਨਹੀਂ ਪਾਉਣਾ ਹੈਗਾ। ਤਾਂ ਮੇਰੀ ਰੀਲ ਕੀ ਹੁੰਦੀ ਆ, ਠੀਕ ਆ, ਮੈਂ ਲੋ ਕੀਤੀ ਹੋਈ ਆ, ਮੈਂ ਡੇਰੀ ਫਾਰਮਿੰਗ ਕਰਦਾ ਹੁਣ, ਅਤੇ ਮੈਂ ਬਹੁਤ ਵੱਡਾ ਬਿਜ਼ਨਸ ਇਹਨੂੰ ਬਣਾਉਣਾ ਚਾਹੁੰਦਾ। ਅਤੇ ਸਿਰਫ ਡੇਰੀ ਫਾਰਮਿੰਗ ਨਹੀਂ ਕਰਨਾ ਚਾਹੁੰਦਾ, ਖੇਤੀ ਬਹੁਤ ਵੱਡੇ ਲੈਵਲ 'ਤੇ ਕਰਨਾ ਚਾਹੁੰਦਾ, ਔਰਗੈਨਿਕ ਖੇਤੀ ਕਰਨਾ ਚਾਹੁੰਦਾ, ਹੋਰ ਅੱਗੇ ਕਾਫੀ ਬਿਜ਼ਨਸਿਸ ਖੋਲ੍ਹਣਾ ਚਾਹੁੰਦਾ, ਹੋਰ ਮੇਰੀ ਜੋ ਵੀ ਸੋਚ ਆ। ਤਾਂ ਮੇਰੀ ਰੀਲਸ ਹੁੰਦੀਆਂ ਨੇ, ਮੇਰੀ ਜੋ ਵੀ ਸੋਚ ਆ, ਮੇਰੇ ਜੋ ਵੀ ਆਈਡੀਆਜ਼ ਨੇ, ਮੈਂ ਜੋ ਵੀ ਕੁਛ ਸਿੱਖਿਆ, ਮੈਂ ਜੋ ਵੀ ਕੁਛ ਪੜ੍ਹਿਆ, ਮਤਲਬ ਵੀ ਆਲ ਇਨ ਕੰਪਲੀਟ, ਮਤਲਬ ਜੋ ਵੀ ਮੈਂ ਹੈਗਾ, ਠੀਕ ਆ, ਉਹ ਮੇਰੀ ਰੀਲਸ ਦਾ ਟੋਪਿਕ ਆ ਵੀ ਮੈਂ ਕੀ ਹਾਂ, ਕੌਣ ਆ, ਕਿਉਂ ਆ, ਕੀ ਕਰਦਾ, ਕਿਉਂ ਕਰਦਾ, ਕੀ ਕਰਨਾ ਚਾਹੁੰਦਾ, ਕੀ ਮੇਰੇ ਸੁਪਨੇ ਨੇ, ਅਤੇ ਕੀ ਮੈਂ ਹੁਣ ਤੱਕ ਅਚੀਵ ਕੀਤਾ, ਕੀ ਮੈਂ ਹੁਣ ਤੱਕ ਸਿੱਖਿਆ, ਅਤੇ ਕੀ ਤੁਸੀਂ ਸਿੱਖ ਸਕਦੇ ਹੋ ਜਰਨੀ ਤੋਂ, ਠੀਕ ਆ। ਤਾਂ ਇਹ ਰੀਲਸ ਦੇ ਟੋਪਿਕ ਨੇ, ਠੀਕ ਆ। ਵੀ ਐਂ ਨਹੀਂ ਹੈਗਾ ਵੀ ਗਾਣੇ ਲਾ ਕੇ, ਮੈਂ ਗਾਣੇ ਨਹੀਂ ਲਾਉਂਦਾ ਹੈਗਾ, ਮੇਰੇ ਤੁਸੀਂ ਇੰਸਟਾਗ੍ਰਾਮ 'ਤੇ ਕਦੇ ਵੀ ਕਿਸੇ ਵੀ ਰੀਲ 'ਤੇ ਗਾਣਾ ਨਹੀਂ ਦੇਖੋਗੇ, ਕੋਈ ਸਟੋਰੀ 'ਤੇ ਗਾਣਾ ਨਹੀਂ ਦੇਖੋਗੇ, ਠੀਕ ਆ। ਜੇ ਆਪਾਂ ਗਾਣੇ ਲਗਾ ਕੇ ਵੀਡੀਓਜ਼ ਪੋਸਟ ਕਰਨ ਲੱਗ ਗਏ ਨਾ, ਠੀਕ ਆ, ਜਿਹਦੀ ਗਰੋਥ ਹੋ ਰਹੀ ਆ ਹੋ ਰਹੀ ਆ, ਬਟ ਕਈ ਨਾ ਆਪਣੀ ਜਿਹੜੀ ਸਟੋਰੀ ਆ ਉਹਦੇ ਨਾਲ ਲੋਕ ਜ਼ਿਆਦਾ ਕਨੈਕਟਡ ਫੀਲ ਕਰਦੇ ਨੇ, ਠੀਕ ਆ। ਹੁਣ ਗਾਣਿਆਂ ਨਾਲ ਕੀ ਪਤਾ ਲੱਗਦਾ ਵੀ ਯਾਰ ਮੈਂ ਖੇਤੀ ਕਰ ਰਿਹਾ, ਚਲ ਠੀਕ ਆ, ਟਰੈਕਟਰਾਂ ਦੇ ਪਿੱਛੇ ਗਾਣਾ ਲਾ ਕੇ ਕਰ ਦਾਂਗੇ, ਕੀ ਪਤਾ ਲੱਗੂਗਾ ਮੇਰਾ ਵਿਜ਼ਨ ਕੀ ਆ, ਠੀਕ ਆ, ਮੈਂ ਖੇਤੀ ਕਿਉਂ ਕਰਨਾ ਚਾਹੁੰਦਾ, ਠੀਕ ਆ, ਕਿਉਂ ਖੇਤੀ ਕਰਨੀ ਸਟਾਰਟ ਕੀਤੀ, ਅੱਗੇ ਮੈਂ ਖੇਤੀ ਨੂੰ ਕਿੱਥੇ ਤੱਕ ਲੈ ਕੇ ਜਾਣਾ ਚਾਹੁੰਦਾ, ਹੋਰ ਲੈ ਕੇ ਜਾਣਾ ਚਾਹੁੰਦਾ। ਇਹ ਗਾਣੇ ਲਗਾ ਕੇ ਥੋੜ੍ਹਾ ਨਾ ਪਤਾ ਲੱਗੂਗਾ, ਇਹ ਜੇ ਮੂੰਹੋਂ ਦੱਸਾਂਗੇ ਤਾਂ ਹੀ ਪਤਾ ਲੱਗੂਗਾ ਕਿਸੇ ਨੂੰ ਵੀ ਆਪਾਂ ਕੀ ਕਰ ਰਹੇ ਹਾਂ, ਕਿਉਂ ਕਰ ਰਹੇ ਹਾਂ, ਠੀਕ ਆ। ਤਾਂ ਜੇ ਤੁਹਾਡਾ ਕੋਈ ਵੀ ਬਿਜ਼ਨਸ ਹੈ, ਕੁਛ ਵੀ ਆ, ਤਾਂ ਪਹਿਲੀ ਗੱਲ ਤਾਂ ਉਹਦੇ 'ਤੇ ਗਾਣੇ ਲਗਾਉਣੇ ਬੰਦ ਕਰ ਦਿਉ ਜੇ ਗਰੋਥ ਨਹੀਂ ਹੋ ਰਹੀ, ਠੀਕ ਆ। ਤੁਸੀਂ ਕੋਈ ਵੀ ਬਿਜ਼ਨਸ ਸਟਾਰਟ ਕੀਤਾ, ਕਿਸੇ ਰੀਜ਼ਨ ਕਰਕੇ ਕੀਤਾ ਹੋਣਾ, ਕਿਉਂ ਕੀਤਾ, ਉਹ ਦੱਸੋ ਲੋਕਾਂ ਨੂੰ, ਹੋਰ ਕਰੋ। ਤਾਂ ਮੇਰੇ ਕੀ ਹੁੰਦਾ, ਮੈਂ ਜਦ ਵਰਕਆਊਟ ਕਰਦਾ ਨਾ, ਮੈਂ ਪੋਡਕਾਸਟ ਵਗੈਰਾ ਸੁਣਦਾ, ਠੀਕ ਆ, ਉਹ ਤੋਂ ਬਾਅਦ ਮੈਂ ਥੋੜ੍ਹਾ ਟਾਈਮ ਵਰਕਆਊਟ ਕਰਦੇ ਹੋਏ ਗਾਣੇ ਗੁਣੇ ਬੰਦ ਕਰ ਦਿੰਦਾ, ਹੋਰ ਕਰ ਦਿੰਦਾ। ਤਾਂ ਉਹ ਟਾਈਮ 'ਚ ਮੈਂ ਸੋਚਦਾ, ਠੀਕ ਆ, ਸੋਚਦਾ ਇਨ ਦਾ ਸੈਂਸ ਖਾਲੀ ਦਿਮਾਗ ਹੁੰਦਾ, ਕੋਈ ਨਾ ਕੋਈ ਥੋਟ ਆ ਜਾਂਦਾ ਦਿਮਾਗ 'ਚ। ਜਾਂ ਵੈਸੇ ਵੀ ਜ਼ਿੰਦਗੀ 'ਚ ਆਪਾਂ ਨੋਰਮਲ ਕਿਸੇ ਨਾਲ ਗੱਲ ਕਰ ਰਹੇ ਹਾਂ, ਜਾਂ ਮੈਂ ਤੇ ਫਾਦਰ ਸਾਹਿਬ ਬੈਠੇ ਗੱਲਾਂ ਕਰ ਰਹੇ ਹਾਂ, ਹੋਰ ਕਰ ਰਹੇ ਹਾਂ, ਕੋਈ ਵੀ ਖਿਆਲ ਆਇਆ, ਕੋਈ ਵੀ ਥੋਟ ਆਇਆ, ਕੁਛ ਵੀ ਵਧੀਆ ਲੱਗਿਆ ਮੈਨੂੰ, ਮੈਂ ਉਹ ਫੋਨ 'ਚ ਆਪਣੇ ਨੋਟਸ 'ਚ ਨੋਟ ਕਰ ਲੈਂਦਾ, ਠੀਕ ਆ। ਮੇਰੇ ਹੁਣ ਨੋਟਸ ਭਰੇ ਹੋਏ ਨੇ ਫੋਨ ਦੇ ਵਿੱਚ, ਇੰਨੇ ਟੋਪਿਕ ਲਿਖੇ ਹੋਏ ਨੇ ਨਾ, ਇੰਨੇ ਵੀਡੀਓ ਆਈਡੀਆਜ਼ ਨੇ। ਜਿਹੜੇ ਲੋਕ ਕਹਿੰਦੇ ਨੇ ਵੀ ਵੀਡੀਓ ਵਾਸਤੇ ਆਈਡੀਆਜ਼ ਨਹੀਂ ਲੱਭਦੇ ਹੈਗੇ, ਵੀ ਕੀ ਬਣਾਈਏ, ਕਿਵੇਂ, ਪਤਾ ਨਹੀਂ ਲੱਗਦਾ ਹੈਗਾ, ਵੀ ਦਿਨ 'ਚ ਜੋ ਵੀ ਖਿਆਲ ਆਉਂਦੇ ਨੇ ਨਾ, ਜੋ ਵੀ ਤੁਹਾਨੂੰ ਲੱਗਦਾ ਵੀ ਇਹਦੇ 'ਤੇ ਵੀਡੀਓ ਬਣ ਸਕਦੀ ਹੈ, ਵਧੀਆ ਬਣ ਸਕਦੀ ਆ, ਨੋਟ ਕਰ ਲਓ। ਹੁਣ ਮੇਰੇ ਕੋਲ ਇੰਨੇ ਖਿਆਲ ਨੇ, ਇੰਨੇ ਆਈਡੀਆਜ਼ ਨੇ ਵੀ ਮੈਂ 2-3 ਸਾਲ ਲਗਾਤਾਰ ਪੋਸਟ ਕਰ ਸਕਦਾ, ਖਿਆਲ ਨਹੀਂ ਮੁੱਕਣਗੇ, ਠੀਕ ਆ। ਤਾਂ ਇੱਕ ਵਾਰ ਜਦ ਤੁਸੀਂ ਬਣਾਉਣ ਲੱਗ ਗਏ ਨਾ, ਤੁਹਾਨੂੰ ਪਤਾ ਲੱਗਣ ਲੱਗ ਜਾਣਾ ਵੀ ਕਿਹੋ ਜਿਹੀ ਵੀਡੀਓ ਬਣਦੀ ਆ, ਕਿਹੋ ਜਿਹੀ ਨਹੀਂ, ਵੀ ਤੁਸੀਂ ਕੀ ਦੱਸਣਾ ਚਾਹੁੰਦੇ ਹੋ, ਕਿਵੇਂ, ਤਾਂ ਉਹ ਆਦਤ ਪੈ ਜਾਂਦੀ ਆ, ਠੀਕ ਆ। ਅਤੇ 70 ਦਿਨ ਲਗਾਤਾਰ ਪੋਸਟ ਕਰਨਾ, ਰੋਜ਼ ਕੁਛ ਨਵਾਂ ਪੋਸਟ ਕਰਨਾ, ਰੋਜ਼ ਕੁਛ ਨਵਾਂ ਦੱਸਣਾ, ਔਖਾ ਤਾਂ ਹੈਗਾ, ਬਟ ਆਪਣੇ ਅੰਦਰ ਲੱਖਾਂ ਹੀ ਖਿਆਲ ਨੇ, ਠੀਕ ਆ, ਲੱਖਾਂ ਹੀ ਆਈਡੀਆਜ਼ ਨੇ, ਲੱਖਾਂ ਹੀ ਆਪਣੀ ਸੋਚ ਆ, ਦਿਨ ਦੇ ਵਿੱਚ ਆਪਾਂ ਨੂੰ ਕਿੰਨੇ ਥੋਟਸ ਆਉਂਦੇ ਨੇ, ਠੀਕ ਆ। ਅਤੇ ਆਪਣੇ ਥੋਟਸ ਪਤਾ ਕਿੱਥੋਂ ਆਉਂਦੇ ਨੇ, ਜੋ ਆਪਾਂ ਪੜ੍ਹਦੇ ਹਾਂ, ਸੁਣਦੇ ਹਾਂ, ਦੇਖਦੇ ਹਾਂ, ਲਿਖਦੇ ਹਾਂ, ਬੋਲਦੇ ਹਾਂ, ਉਹ ਆਪਣੇ ਖਿਆਲ ਹੁੰਦੇ ਨੇ। ਤਾਂ ਮੈਂ ਪੜ੍ਹਦਾ ਬੁੱਕਸ ਵਗੈਰਾ, ਦੇਖਦਾ ਇੰਟਰਵਿਊਜ਼ ਵਗੈਰਾ, ਪੋਡਕਾਸਟ ਵਗੈਰਾ, ਗੱਲਾਂ ਮੈਂ ਫਾਦਰ ਸਾਹਿਬ ਨਾਲ ਜ਼ਿਆਦਾ ਮਾਰਦਾ, ਠੀਕ ਆ, ਤਾਂ ਮੇਰੇ ਖਿਆਲ ਉਹੀ ਨੇ, ਠੀਕ ਆ। ਤਾਂ ਇਹ ਚੀਜ਼ 'ਤੇ ਬਹੁਤ ਧਿਆਨ ਰੱਖਿਓ ਵੀ ਤੁਸੀਂ ਕੀ ਦੇਖ ਰਹੇ, ਸੁਣ ਰਹੇ, ਜੋ ਤੁਸੀਂ ਕੰਜ਼ਿਊਮ ਕਰੋਗੇ ਨਾ, ਉਹੀ ਤੁਹਾਡੇ ਅੰਦਰੋਂ ਨਿਕਲੂਗਾ, ਠੀਕ ਆ। ਹੁਣ ਜੋ ਅੰਦਰ ਪਾਓਗੇ ਉਹੀ ਬਾਹਰ ਆਊਗਾ। ਹੁਣ ਐਂ ਤਾਂ ਹੈ ਨਹੀਂ ਗਾ ਵੀ 24 ਘੰਟੇ ਗਾਣੇ ਸੁਣ ਰਹੇ ਹੋ, ਹੋਰ ਕਰ ਰਹੇ ਹੋ, ਅਤੇ ਸੋਚ ਰਹੇ ਹੋ ਮੈਨੂੰ ਕੋਈ ਬਿਜ਼ਨਸ ਆਈਡੀਆ ਕਿਉਂ ਨਹੀਂ ਆ ਰਿਹਾ ਹੈਗਾ।
ਜੇ ਤੁਸੀਂ ਬਿਜ਼ਨਸ ਦੀਆਂ ਬੁੱਕਸ ਪੜ੍ਹੋਗੇ, ਕਿਸੇ ਐਂਟਰਪ੍ਰੀਨੋਰ ਦੀ ਸਟੋਰੀ ਪੜ੍ਹੋਗੇ, ਬਿਜ਼ਨਸਮੈਨ ਦੀ ਸਟੋਰੀ ਪੜ੍ਹੋਗੇ, ਤਾਂ ਹੀ ਉਹਦੇ 'ਚੋਂ ਆਈਡੀਆਜ਼ ਆਉਣਗੇ ਨਾ। ਗਾਣਿਆਂ 'ਚੋਂ ਹੁਣ ਆਪਾਂ ਨੂੰ ਕਿਵੇਂ ਆਈਡੀਆਜ਼ ਆਉਣਗੇ? ਤਾਂ ਮੈਂ ਜੋ ਵੀ ਖਿਆਲ ਆਉਂਦੇ ਨੇ, ਰੈਂਡਮ ਕੋਈ ਵੀ ਥੋਟ ਆ ਰਿਹਾ, ਮੈਨੂੰ ਲੱਗ ਰਿਹਾ ਵੀ ਓਕੇ, ਮਤਲਬ ਵੀ ਦੱਸਣ ਯੋਗਾ ਹੈਗਾ, ਵੀ ਕਿਸੇ ਦੀ ਇਹ ਖਿਆਲ ਸੁਣ ਕੇ ਹੈਲਪ ਹੋਊਗੀ, ਤਾਂ ਮੈਂ ਉਹ ਆਪਣੇ ਫੋਨ ਦੇ ਨੋਟਸ 'ਚ ਨੋਟ ਕਰ ਲੈਂਦਾ। ਇਹ ਹੁੰਦਾ ਰੋ ਖਿਆਲ, ਠੀਕ ਹੈ ਨਾ। ਇਹ ਰੋ ਆਡੀਓ ਆ, ਰੋ ਮਤਲਬ ਵੀ ਸਕ੍ਰਿਪਟ ਆ, ਦੋ ਲਾਈਨਾਂ ਦੀ ਸਕ੍ਰਿਪਟ ਹੁੰਦੀ ਹੈ ਜਿਹੜੀ ਮੈਂ ਨੋਟ ਕਰਦਾ ਨੋਟਸ ਦੇ ਵਿੱਚ। ਹੁਣ ਉਹਨੂੰ ਫੁੱਲ ਫਲੈਜ ਇੱਕ ਮਿੰਟ ਦੀ ਸਕ੍ਰਿਪਟ ਬਣਾਉਣਾ, ਉਹ ਰਾਈਟਿੰਗ ਆ, ਠੀਕ ਹੈ ਨਾ। ਹੁਣ ਜੇ ਇੰਸਟਾਗ੍ਰਾਮ 'ਤੇ ਮਤਲਬ ਵੀ ਵੀਡੀਓਜ਼ ਬਣਾਉਣੀਆਂ ਨੇ ਨਾ ਵੋਇਸ ਓਵਰ ਦੇ ਕੇ, ਤੁਹਾਨੂੰ ਇੱਕ ਵਧੀਆ ਰਾਈਟਰ ਬਣਨਾ ਪੈਣਾ, ਬਿਨਾਂ ਇਹਦੇ ਮਤਲਬ ਵੀ ਗੁਜ਼ਾਰਾ ਨਹੀਂ ਹੈਗਾ। ਅਤੇ ਤੁਸੀਂ ਜਿੰਨਾ ਮਰਜ਼ੀ ਵਧੀਆ ਸੋਚ ਲਓ, ਠੀਕ ਆ, ਜੇ ਤੁਸੀਂ ਆਪਣੀ ਸੋਚ ਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ, ਕਿਤੇ ਤੱਕ ਪਹੁੰਚਾ ਨਹੀਂ ਸਕਦੇ, ਕਿਸੇ ਬੰਦੇ ਨੂੰ ਸਮਝਾ ਨਹੀਂ ਸਕਦੇ, ਕੋਈ ਫਾਇਦਾ ਨਹੀਂ ਹੈਗਾ। ਤਾਂ ਹੁਣ ਉਹ ਰੋ ਜਿਹੜੀ ਖਿਆਲ ਆ, ਜਿਹੜਾ ਮਤਲਬ ਵੀ ਹਾਲੇ ਤਿਆਰ ਨਹੀਂ ਹੈਗਾ, ਉਹਨੂੰ ਪੇਜ 'ਤੇ ਲਿਖੋ, ਠੀਕ ਆ। ਮੈਂ ਕੀ ਕਰਦਾ, ਇੱਕ ਪੇਜ ਭਰਦਾ, ਦੋ ਪੇਜ ਭਰਦਾ, ਉਹਨੂੰ ਪੇਜ 'ਤੇ ਨੋਟ ਡਾਊਨ ਕਰਦਾ, ਠੀਕ ਆ। ਫਿਰ ਮੈਂ ਕੀ ਕਰਦਾ, ਜਿਹੜੀ ਵੀਡੀਓ ਹੁੰਦੀ ਹੈ, ਮੈਂ ਜਿਵੇਂ ਹੁਣ ਗੇੜਾ ਮਾਰ ਰਿਹਾ, ਹੋਰ ਕੁਛ ਕਰ ਰਿਹਾ, ਮੈਂ ਕਲਿੱਪਸ ਲੈ ਕੇ ਰੱਖ ਲੈਂਦਾ, ਠੀਕ ਆ। ਥੋੜ੍ਹੀ ਵੀਡੀਓ ਇੱਧਰ ਬਣਾ ਲਈ, ਥੋੜ੍ਹੀ ਉੱਧਰ ਬਣਾ ਲਈ, ਇਹ ਕਰ ਲਿਆ, ਉਹ ਕਰ ਲਿਆ, ਤਾਂ ਮੇਰੀ ਵੀਡੀਓ ਇੰਨਾ ਮੈਟਰ ਨਹੀਂ ਕਰਦੀ, ਠੀਕ ਹੈ ਨਾ। ਜਿੱਥੇ ਤੱਕ ਮੈਨੂੰ ਲੱਗਦਾ ਵੀ ਤੁਹਾਡੇ ਵਿਜੂਅਲ ਇੰਨੇ ਮੈਟਰ ਨਹੀਂ ਕਰਦੇ ਹੈਗੇ, ਅਤੇ ਤੁਹਾਡੇ ਖਿਆਲ, ਤੁਹਾਡਾ ਆਡੀਓ ਉਹ ਜ਼ਿਆਦਾ ਮੈਟਰ ਕਰਦੀ ਹੈ, ਵੀ ਤੁਸੀਂ ਦੱਸਣਾ ਕੀ ਚਾਹੁੰਦੇ ਹੋ, ਤੁਸੀਂ ਕਹਿਣਾ ਕੀ ਚਾਹੁੰਦੇ ਹੋ। ਤਾਂ ਵੀਡੀਓ ਮੈਂ ਇੰਨਾ ਮਤਲਬ ਧਿਆਨ ਨਹੀਂ ਦਿੰਦਾ ਹੈਗਾ, ਮਤਲਬ ਜੋ ਜੀ ਕਰਦਾ ਉਹੀ ਬਣਾ ਲੈਂਦਾ, ਉਹੀ ਪਾ ਦਿੰਦਾ। ਬਟ ਜਿਹੜੇ ਖਿਆਲ ਨੇ ਉਹ ਦੱਸਣੇ ਜ਼ਰੂਰੀ ਨੇ, ਤਾਂ ਉਹ ਪੇਜ ਦੇ ਉੱਤੇ ਲਿਖ ਕੇ, ਦੋ ਪੇਜ ਤਿਆਰ ਕਰਕੇ, ਤਿੰਨ ਪੇਜ ਹੁੰਦੇ, ਤਿੰਨ ਪੇਜ ਤਿਆਰ ਕਰਕੇ, ਫਿਰ ਉਹਨੂੰ ਸ਼ਾਰਟ ਕਰਨਾ, ਠੀਕ ਆ। ਫਿਰ ਉਹਨੂੰ ਛੋਟੇ 'ਚ ਲੈ ਕੇ ਆਉਣਾ, ਵੀ ਇੱਕ ਮਿੰਟ ਤੋਂ ਮੈਂ ਵੱਧ ਰੀਲ ਨਹੀਂ ਬਣਾਉਂਦਾ ਹੈਗਾ, ਕਿਉਂਕਿ ਇੰਨਾ ਨਾ ਅਟੈਂਸ਼ਨ ਸਪੈਨ ਨਹੀਂ ਹੈਗਾ ਲੋਕਾਂ ਦਾ। ਜਿਵੇਂ ਪੰਜ ਮਿੰਟਾਂ ਦੀ ਬਣਾਉਣ ਲੱਗ ਗਿਆ, ਕਿਸੇ ਨੇ ਨਹੀਂ ਦੇਖਣੀ ਹੈਗੀ, ਲੋਕ ਬੋਰ ਹੋ ਜਾਣਗੇ, ਸੁਣਨਾ ਨਹੀਂ ਹੈਗਾ ਕਿਸੇ ਨੇ। ਤਾਂ ਮੈਂ ਹੁੰਦਾ ਵੀ ਜੋ ਮੇਰਾ ਖਿਆਲ ਆ, ਜੋ ਮੇਰਾ ਥੋਟ ਆ, ਉਹ ਮੈਂ ਇੱਕ ਮਿੰਟ ਦੇ ਵਿੱਚ ਖਤਮ ਕਰਨਾ, ਠੀਕ ਆ। ਤਾਂ ਮੈਂ ਉਹ ਜਿਹੜੇ ਦੋ ਪੇਜ ਲਿਖੇ ਹੋਏ ਨੇ ਆਈਡੀਆ ਦੇ ਹੋਰ ਦੇ, ਉਹਨੂੰ ਇੱਕ ਪੇਜ ਦੇ ਵਿੱਚ ਛੋਟਾ ਕਰ ਲੈਂਦਾ। ਫਿਰ ਉਹ ਜਿਹੜੀ ਵੀਡੀਓ ਬਣਾਈ ਹੋਈ ਆ, ਕਲਿੱਪਸ ਬਣਾਏ ਹੋਏ ਨੇ, ਉਹਨਾਂ ਸਾਰਿਆਂ ਨੂੰ ਕੱਟ ਕਰਕੇ ਇੱਕ ਮਿੰਟ ਦੀ ਵੀਡੀਓ ਬਣਾ ਲੈਂਦਾ। ਫਿਰ ਉਹਦੇ ਪਿੱਛੇ ਵੋਇਸ ਓਵਰ ਦਿੰਦਾ। ਪਹਿਲਾਂ ਮੈਂ ਦੇ ਕੇ ਦੇਖਦਾ ਵੋਇਸ ਓਵਰ ਵੀ ਜਿਹੜਾ ਮੈਂ ਪੇਜ 'ਤੇ ਲਿਖਿਆ ਇਹ ਇੱਕ ਮਿੰਟ ਦੇ ਵਿੱਚ ਫਿੱਟ ਆਊਗਾ ਕਿ ਨਹੀਂ ਆਊਗਾ। ਜੇ ਨਹੀਂ ਆਉਂਦਾ, ਲੰਬਾ ਹੁੰਦਾ, ਤਾਂ ਉਹਨੂੰ ਹੋਰ ਸ਼ਾਰਟ ਕਰੋ, ਠੀਕ ਆ। ਤਾਂ ਇਹ ਵੀ ਤੁਹਾਡੀ ਸਕਿੱਲ ਆ ਵੀ ਤੁਸੀਂ ਉਹਨੂੰ ਕਿਵੇਂ ਸ਼ਾਰਟ ਕਰ ਸਕਦੇ ਹੋ, ਵੀ ਜਿਹੜੀਆਂ ਨਹੀਂ ਲੋੜ ਦੀਆਂ ਚੀਜ਼ਾਂ ਸਿਰਫ ਉਹ ਕੱਟਣੀਆਂ ਨੇ, ਕੋਈ ਜ਼ਰੂਰੀ ਚੀਜ਼ ਕੱਟਤੀ ਤਾਂ ਵੀਡੀਓ ਨਹੀਂ ਵਧੀਆ ਬਣਨੀ ਹੈਗੀ, ਠੀਕ ਆ। ਤਾਂ ਉਹਨੂੰ ਹੋਰ ਛੋਟਾ ਕਰੋ, ਫਿਰ ਉਹਨੂੰ ਬੋਲ ਕੇ ਦੇਖਣਾ ਵੀ ਇੱਕ ਮਿੰਟ ਦੇ ਵਿੱਚ ਫਿੱਟ ਆਉਂਦਾ ਕਿ ਨਹੀਂ, ਉਹ ਤੋਂ ਬਾਅਦ ਆਉਂਦੀ ਹੈ ਅਸਲੀ ਮਿਹਨਤ, ਠੀਕ ਆ। ਹੁਣ ਤੁਸੀਂ ਇੱਕ ਲੈਅ ਦੇ ਵਿੱਚ ਬੋਲਣਾ, ਇੱਕ ਫਲੋ ਦੇ ਵਿੱਚ ਬੋਲਣਾ, ਜਿਹੜਾ ਵੋਇਸ ਓਵਰ ਦੇਣਾ, ਮੇਰੇ ਘੱਟੋ ਘੱਟ ਇੱਕ ਵੀਡੀਓ ਬਣਨ ਨੂੰ 30-35 ਟੇਕ ਲੱਗਦੇ ਨੇ ਇੱਕ ਵੋਇਸ ਓਵਰ ਦੇਣ ਨੂੰ। ਕਦੇ ਕਦੇ ਜੇ ਕਿਸਮਤ ਵਧੀਆ ਹੋਵੇ 10 ਟੇਕ ਦੇ ਵਿੱਚ ਹੋ ਜਾਂਦਾ, ਬਟ ਮੋਸਟ ਪ੍ਰੋਬੇਬਲੀ 30-35। ਅਤੇ ਜਦ ਮੈਂ ਸਟਾਰਟਿੰਗ ਕੀਤਾ ਸੀਗਾ, ਪਹਿਲੇ ਦਿਨ ਬਣਾਏ ਸੀ, 50-60-70 ਟੇਕ ਤੱਕ ਲਿੱਤੇ ਸੀਗੇ, ਠੀਕ ਆ। ਇੱਕ ਮਿੰਟ ਦੀ ਵੀਡੀਓ ਬਣਾਉਣ ਨੂੰ 2-2 ਘੰਟੇ ਲੱਗੇ ਸੀਗੇ। ਤਾਂ ਐਫਰਟ ਪਾਉਣੀ ਪਊਗੀ, ਤਾਂ ਹੀ ਰਿਜ਼ਲਟ ਆਉਣਗੇ। ਜੇ ਆਏ ਆ ਨਾ ਵੀ ਕੁਛ ਵੀ ਬਣਾ ਕੇ, ਕੁਛ ਵੀ ਰਿਕਾਰਡ ਕਰਕੇ ਪਾ ਤਾ, ਨਹੀਂ ਰਿਜ਼ਲਟ ਆਉਣਗੇ, ਠੀਕ ਆ। ਮੇਰੀ ਵੀਡੀਓ, ਮੈਨੂੰ ਇਹ ਕੋਸ਼ਿਸ਼ ਹੁੰਦੀ ਆ ਵੀ ਇੱਕ ਫਲੋ 'ਚ ਜਾਵੇ। ਮੈਂ ਇੱਕ ਵੀ ਕਿਸੇ ਵਰਡ 'ਚ ਅਟਕ ਗਿਆ ਨਾ, ਮੈਂ ਉਹ ਆਵਾਜ਼ ਕੱਟ ਕੇ ਦੁਬਾਰਾ ਤੋਂ ਪਾਊਂਗਾ। ਇੱਕ ਵੀ ਵਰਡ ਕੋਈ ਗਲਤ ਹੋਇਆ, ਕੋਈ ਅਟਕ ਗਿਆ, ਕੋਈ ਮੈਂ ਕੁਛ ਫੰਬਲ ਕੀਤਾ, ਕੁਛ ਗਲਤ ਬੋਲਿਆ ਗਿਆ, ਕੁਛ ਮੈਨੂੰ ਲੱਗ ਰਿਹਾ ਮੈਂ ਠੀਕ ਨਹੀਂ ਬੋਲਿਆ ਹੈਗਾ, ਆਵਾਜ਼ ਨਹੀਂ ਵਧੀਆ ਆ ਰਹੀ, ਸੋਹਣੀ ਨਹੀਂ ਆ ਰਹੀ ਹੈਗੀ, ਮੈਂ ਕੱਟ ਕੇ ਦੁਬਾਰਾ ਤੋਂ ਬਣਾਊਂਗਾ। ਤਾਂ ਉਹ ਮਿਹਨਤ ਕਰਕੇ ਹੀ ਰਿਜ਼ਲਟ ਆਉਂਦੇ ਨੇ। ਇੱਕ ਮਿੰਟ ਦੀ ਰੀਲ ਦੇਖ ਲਓ, ਅਤੇ ਉਹਨੂੰ ਬਣਾਉਣ ਨੂੰ ਘੰਟਾ ਘੰਟਾ ਲੱਗ ਜਾਂਦਾ, ਠੀਕ ਆ। ਉਹਦੇ ਕਰਕੇ ਹੀ ਵਿਊ ਆਉਂਦੇ ਨੇ। ਤਾਂ ਪਹਿਲੀ ਗੱਲ, ਆਪਣੇ ਖਿਆਲ, ਰੈਂਡਮ ਖਿਆਲ ਜਿਹੜੇ ਆ ਰਹੇ ਨੇ, ਉਹਨੂੰ ਫੋਨ ਦੇ ਵਿੱਚ ਜਿਹੜੇ ਨੋਟਸ ਹੁੰਦੇ ਨੇ ਉਹਦੇ ਵਿੱਚ ਨੋਟ ਕਰਨ ਲੱਗ ਜਾਓ, ਠੀਕ ਆ। ਫਿਰ ਉਹ ਨੋਟਸ ਨੂੰ ਚੱਕ ਕੇ ਜਿਹੜੇ ਤੁਹਾਡੇ ਖਿਆਲ ਨੇ, ਮਾੜਾ ਵਾਕ ਕਰੋ, ਸੈਰ ਕਰੋ, ਘੁੰਮੋ ਫਿਰੋ, ਸੋਚੋ, ਠੀਕ ਆ। ਵਾਕ ਦੇ ਨਾਲ ਇੰਨੇ ਸੋਹਣੇ ਆਈਡੀਆਜ਼ ਆਉਂਦੇ ਨੇ ਨਾ, ਖਿਆਲ ਤੁਹਾਡੇ ਇੰਨੇ ਡਿਵੈਲਪ ਹੁੰਦੇ ਨੇ ਨਾ। ਰੀਡਿੰਗ ਅਤੇ ਵਾਕਿੰਗ ਅਤੇ ਰਾਈਟਿੰਗ ਬਹੁਤ ਜ਼ਰੂਰੀ ਆ, ਠੀਕ ਆ। ਰੀਡਿੰਗ ਨਾਲ ਤੁਹਾਡੇ ਬੀ ਪੈਂਦਾ ਦਿਮਾਗ 'ਚ, ਠੀਕ ਆ ਨਾ, ਵੀ ਆਪਾਂ ਬੀ ਬੋਇਆ, ਠੀਕ ਆ। ਵਾਕਿੰਗ ਦੇ ਨਾਲ ਉਹਨੂੰ ਆਪਾਂ ਪਾਣੀ ਲਾਉਂਦੇ ਹਾਂ, ਥੋੜ੍ਹਾ ਜਿਹਾ ਬੜਾ ਹੁੰਦਾ, ਹੋਰ ਹੁੰਦਾ। ਅਤੇ ਰਾਈਟਿੰਗ ਹੈਗਾ ਜਦੋਂ ਫਸਲ ਆ ਗਈ ਉਹਨੂੰ ਵੱਢਣਾ, ਠੀਕ ਆ, ਵੀ ਉਹਨੂੰ ਰਿਜ਼ਲਟ ਲੈ ਕੇ ਆਉਣਾ, ਕਾਗਜ਼ ਦੇ ਉੱਤੇ ਲੈ ਕੇ ਆਉਣਾ, ਉਹ ਮੇਰੇ ਖਿਆਲ ਨਾਲ ਲਿਖਣਾ। ਤਾਂ ਕਿਤਾਬਾਂ ਪੜ੍ਹਨੀਆਂ ਬਹੁਤ ਜ਼ਰੂਰੀ ਨੇ, ਠੀਕ ਆ। ਸੋਚਣਾ ਬਹੁਤ ਜ਼ਰੂਰੀ ਹੈ, ਅਤੇ ਸੋਚਦੇ ਆਪਾਂ ਵਾਕ 'ਤੇ ਜ਼ਿਆਦਾ ਸੋਚਦੇ ਹਾਂ, ਪਤਾ ਨਹੀਂ ਹਿਊਮਨ ਮਾਇੰਡ ਜ਼ਿਆਦਾ ਕੰਮ ਕਰਦਾ, ਮੈਂ ਨੋਟਿਸ ਕੀਤਾ ਮੇਰਾ ਜ਼ਿਆਦਾ ਕੰਮ ਕਰਦਾ ਜਦ ਮੈਂ ਵਾਕ ਕਰ ਰਿਹਾ ਹੁੰਦਾ। ਹੁਣ ਵੀ ਜਦ ਮੈਂ ਵਾਕ ਕਰ ਰਿਹਾ ਮੈਨੂੰ ਖਿਆਲ ਜ਼ਿਆਦਾ ਆਉਂਦਾ, ਜੇ ਮੈਂ ਇੱਕ ਜਗ੍ਹਾ 'ਤੇ ਖੜ ਕੇ ਬਣਾਉਣ ਲੱਗ ਜਾਂਦਾ, ਨਹੀਂ ਹੋਊਗਾ ਮੈਨੂੰ। ਤਾਂ ਉਹ ਤੋਂ ਬਾਅਦ ਲਿਖਣਾ, ਠੀਕ ਆ। ਲਿਖਣ ਤੋਂ ਬਾਅਦ ਉਹਨੂੰ ਇੱਕ ਫਲੋ ਦੇ ਵਿੱਚ ਬੋਲਣਾ।
फ्लो जब तक नहीं आ रहा है तुसी अपनी वीडियो एक बार सुन के देखो, जे एक भी जगह पर अटक रहे हो कोई वर्ड चंगी तरह नहीं बोलिया गया है कट के दोबारा तो बनाओ, जे रिजल्ट चाहिए ने, जे मतलब कि लोगों तक अपनी सोच वधिया तरीके नाल पहुँचानी है, फॉलोअर्स चाहिए ने, ग्रोथ करनी है, फिर मेहनत करनी पैनी है। ठीक है, बिना मेहनत के जो रिजल्ट पा लें फिर बेवकूफ़ हो, वो आने नहीं है, सिंपल जी गल है। बिना मेहनत के कुछ नहीं मिलता है जिंदगी दे विच, ना फॉलोअर, ना ग्रोथ, ना कुछ होर। हाँ, मेरा कॉन्टेंट यह जहाँ मैं सोच दसदा होर दसदा, कई कॉन्टेंट ऐसा हो सकता कॉमेडी कर देने, कोई डांस करता, कोई गाने गाँव होर करता, अड्ड अड कॉन्टेंट ने, बट मैं अपने कॉन्टेंट की गल कर रहा भी मैं आए बना कॉन्टेंट भी क्लिप्स ले ले। ठीक है, जो भी मैं दिन से कर रहा होर कर रहा, मैं सी गेड़ा मार रहा, खेत गेड़ा मार रहा, ट्रैक्टर चला रहा होर कर रहा, वो क्लिप्स ले ले, उन्होंने एक मिनट का मतलब भी वीडियो बना ली, फिर वो पिछे वॉइस ओवर देना, तो वॉइस ओवर के ही मैजिक आ। ठीक है, वो ही असली जादू आ, उ वह पहला कागज़ पर लिखना पेगा दो तीन पेजों के, फिर एक छोटे पेज पर करना पेगा। मेरा लिखने वाला काम भी ना एक वीडियो वास्ते घटो घट दस पेज तक जाते हैं, पहला बहुत लंबा लिखा होंगे, फिर उन्होंने थोड़ा छोटा करता, फिर थोड़ा उन्होंने होर छोटा करता, फिर छोटा करता करते कराने, मतलब एक वीडियो के इन्नी मेहनत जाती है भी घट्टो घट्ट तुम ला लो दो घंटे की वीडियो, दो घंटे की मेहनत आ एक वीडियो के, क्लिप्स बनाने लैके एडिटिंग करन तो लैके स्क्रिप्ट लिखन तो लैके रिकॉर्डिंग करन तक दो घंटे लगते हैं बहुत आराम नाल। ठीक है, तो जे तुसी रोज़ के दो घंटे दे सकते हो सोचण च, लिखण च, बनाण च, एडिटिंग करन च, फिर ग्रोथ बहुत छेती होगी, तो कंसिस्टेंट रह सकते हो। भी आए नहीं हैगा भी एक दिन च दो दो रीलां पातियां, हफ्ता पाइया, फिर बस अक गए, फिर खत्म, फिर पानी बंद करतियाँ। उन्ना क कॉन्टेंट बनाओ जिन्ना कि तुसी बना सकते हो, एक दिन च एक बना सकते हो बनाओ, बट रोज़ बनाओ। ठीक है, रोज़ नाल रिजल्ट आएंगे, थोड़ा चेहरा रोज़ किसी के सामने आऊगा ना, उन्हों देखने तो मजबूर हो जूगा भी ये कह की रहा भी ये रोज़ आ रहे, तो जब थोड़ा जे बोलों दाव थोड़े वर्ड्स दाव फिर वो सुनूगा, ध्यान नाल सुनूगा, जे कुछ तुसी कह रहे हो तो वो मतलब की गल समझ आ रही है फिर वो फॉलो करेगा। ठीक है, थोड़ी कहानी जो उन्होंने इंट्रस्ट आ तो उसी उन्होंने कुछ इंस्पायर कर दो, कोई मोटिवेट कर दो, या थोड़ी कहानी वो सेम आ तो वह फॉलो जरूर करेगा, आए फॉलोअर आएंगे, गाने ला के ट्रैक्टर की वीडियो पा के होर करके आए नहीं आएंगे, ना आए बिजनेस चलूगा। ठीक है, तुसी हुण जिवें सपोज करो मैं वॉइस ओवर दिना, कल नूं आपां ऑरगैनिक कणक करते हैं, मैं बेचनी हुई कणक, ठीक है, मैं वीडियो दे विच बोल सकदा भी तुसी ये लिंक ते क्लिक करके कणक ऑर्डर कर सकते हो। जे गाने लांदा मैं कित्थे लिखदा, किसी ने नहीं देखना सी, किसी ने नहीं सुनना सी, किसी ने नहीं पढ़ना सीगा, वो चीज़ देखो ना भी तुसी पेज क्यों बना रहे हो। जे तुसी बिजनेस करना, बिजनेस नूं अगे लैके जाना, कोई चीज़ बेचनी है तो किवें बिक सकती है। ठीक है, मैं हुण ये पेज स्टार्ट किया सीगा दो चीज़ां करके, एक तो डेयरी फार्मिंग बहुत बड़े लैवल पर लैके जाने वास्ते ना कंपनी नूं हमेशा एक मीडिया साइड चाहिए होंदी है, जे मीडिया साइड आप नहीं हैगी तो एक्टर्स नूं लैके आना पौगा, उन्होंने फीस देनी पैनी है, होर ब्रांड एंबेसडर लैके आने पैने ने। हुण मेरा फेस ही रैकगनाइज होण लग गया, मेरे फेस की वैल्यू बन गई, मैनू एक्टर की की लोड़ आ। ठीक है, जब मेरा फेस ही लोगों को पहचान चाहता तो वह चीज़ जरूरी सी। दूजी जिहड़ी मैं नॉलेज इकट्ठी की है या मैनू कुछ पता लगे जिंदगी दे विच काम करदे होर, वो मैं लोगों नाल शेयर करना चाहता सीगा, तो मेरा फायदा भी मेरा बिजनेस इन्ना ग्रो होगा, तो एक लोगों का फायदा भी जिहड़ी मेरी नॉलेज है वो लोगों तक पहुँचूगी। तो इन दो चीज़ों करके पेज स्टार्ट किया सीगा, तो सच्ची मन्नियो मेरा ना मैं 2019 का कॉन्टेंट बना रहा, पहला फिटनेस वाला बनाऊंदा सीगा, फिर विच नूं यूट्यूब किया फिटनेस वाला ही होर कुछ किया, कदे जिंदगी 10,000 व्यू नहीं देखे सीगे, भी 10K किसी वीडियो के उत्ते लिखा नहीं आया सीगा अज तक। हुण अपनी नॉर्मल हर वीडियो लख प्लस व्यू ते जांदी आ बहुत प्यार नाल, ते थैंक यू सो मच तुसी इन्ना प्यार दिता, तुसी देखदे हो सब कुछ करदे हो, थैंक यू साथ देण लई इह सफर ते जुड़न लई। बट मैं कदे एक्सपैक्ट नहीं किया सीगा भी इत्थे तक पहुँचांगे, बट वो मेहनत की है, दो दो घंटे रोज़ पाए ने वीडियो दे विच, लिखण च, सोचण च, पढ़न च, वॉक करन च, वो आइडियाज़ नूं डिवेलप करन च, तां ही कुछ आंदा ना, मेहनत तो बिना तो है ही नहीं कुछ। तां जे ग्रो करना चाहुंदे हो पढ़ो, पढ़ के अपने जिहड़े ख्याल आंदे ने उहनां नूं नोट डाउन करो, फिर वॉक करो, वॉक ते उह ख्याल नूं डिवेलप करो, फिर उन्होंने कागज़ पर उतारो, फिर उन्होंने एक मिनट की रील च पा के देखो फिट आंदा कि नहीं आंदा तो होर छोटा करो, होर छोटा करके फिर रिकॉर्ड करो, जो रिकॉर्ड नहीं वधिया आ रहा है, कोई फंबल हो रहा वर्ड, कोई तुसी अटक रहे हो कितने वर्ड च, ठीक है, फिर उन्होंने दोबारा तो चेंज करो, दोबारा तो रिकॉर्ड करो। यूट्यूब वीडियोज़ मेरिया गल्लां वर्गिया ने, ठीक है ना, मैनू ऐ लगता भी मैं थोड़े नाल गल्लां मार रहा, यूट्यूब पर मैं गल्लां मारदा, सिंपल जी गल आ, बट उत्थे मैं कंसाइज एक मिनट के
प्योर इनफॉर्मेशन जिन्नी कि मैं एक मिनट के फिट कर सकता उत्थे ना बहुत गल रह जांदियां ने। उत्थे मेरा बहुत मतलब भी ना कदे कदे आए हुंदे यार मैं ये भी कहना तो इंस्टाग्राम के उत्ते पर लोगों की ना अजकल अटेंशन नहीं हैगी। ठीक है हुण तुसीं देख लो इंस्टाग्राम के उत्ते लख लख व्यू आउंदे ने ते उही आइडियाज़ नूं मैं डिटेल च एक्सप्लेन करदा यूट्यूब के उत्ते इत्थे 2000 व्यू आउंदे ने। फर्क देखो लोग सुन के राजी नहीं हैगे। ठीक है लोगों नूं हुंदा भी फटाफट दस दे बस काली ने अपन मार लिया जिहड़ी काली है ना अपने मन दे विच भी अज ही सब कुछ हो जाए अज ही पैसा बन जाए अज ही बिजनेस खड़ा हो जाए अज ही करोड़पति बन जाइए एक मिनट के सब कुछ दस दे एक बुक के सब कुछ दस दो वह चीज़ आ। ठीक है हुण काली का परफेक्ट एग्जाम्पल आ मैं इतने ज़्यादा कुछ दसदा। ठीक है डिटेल से एक्सप्लेन करना पर इतने व्यू नहीं है इंस्टाग्राम के उत्ते मेरी सोच अद्धी रह जाती है अद्धे ख्याल मैनू कट्टने पैंदे ने एक मिनट से फिट करन करके उत्थे व्यू ज़्यादा ने तो उही आ भी थोड़ी काली नहीं करनी हैगी जिंदगी जो वधिया रिजल्ट चाहिए ने वधिया चीज़ा चाहिए तो मैं यूट्यूब पर बहुत वधिया लगता मैं गल्लां मारदा मेरे पूरे ख्याल मैं दसदा करदा जो भी चीज़ा है नहीं है तो यूट्यूब मैंने ज़्यादा वधिया लगता इंस्टाग्राम नालों। इंस्टाग्राम तो ऐ है भी बस दड़ 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 ठीक है एक मिनट के ठा 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 करके चार लाइना बोलिया गल खत्म। इंस्टा यूट्यूब के उत्ते पूरा डिटेल से एक्सप्लेन करना कि मैं सोच रहा क्यों सोच रहा किमें कर सकते हो। हुण जे मैं ये वीडियो इंस्टाग्राम पर पानी होंगी मैं किमें बढ़ा चार चीज़ा दसनिया सी इन्नी डिटेल से एक्सप्लेन ही नहीं कर सकता इतने ज़्यादा वधिया लगता मैंने करना तो यही अपनी अज्ज की वीडियो सी मैं इंस्टाग्राम पर वीडियोज़ किमें बना। तो थैंक यू सो मच देखने वास्ते तो जे तुसी चैनल पे पहली बार आए हो नवे आए हो सबसक्राइब कर दियो तो थैंक यू सो मच।